जनहितेशी। टीआरपी नहीं भरोसा आपका। ਅੱਜ ਇੱਥੇ ਅਸੀਂ ਇੱਕ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਜਿਹੜੇ ਵੀ ਨੋਮੀਨੇਸ਼ਨ ਸੈਂਟਰਸ ਹੈ ਜੋ ਬਲੋਕ ਕਲਾਨੌਰ ਹੈ ਉਹਦੇ ਅਧੀਨ ਪੈਂਦੇ ਜਿਹੜੇ ਵੀ ਨੋਮੀਨੇਸ਼ਨ ਸੈਂਟਰਸ ਹੈ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜੋ ਇੱਥੇ ਦੇ ਲੋਕਲ ਅਫਸਰ ਹੈ ਅਤੇ ਜਿਹੜੇ BDPOs ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਜੋ ਵੀ ਸਿਕਿਉਰਿਟੀ ਮੈਜਰਸ ਲੈਣੇ ਉਹਨਾਂ ਦੀ ਸਮੀਖਿਆ ਕਰਕੇ ਕੱਲ੍ਹ ਦੀ ਪੂਰੀ ਤਿਆਰੀ ਕੀਤੀ ਜਾਏਗੀ। ਸਰ ਲੋਕ ਜਿਹੜੇ ਆਪਣੇ ਭਰ ਰਹੇ ਨੇ ਕਾਗਜ਼ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕੋਈ ਡਰ? ਹਾਂਜੀ ਨਹੀਂ ਡਰ ਦੀ ਕੋਈ ਗੱਲ ਨਹੀਂ ਹੈ, ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜਿਹੜੇ ਆ ਉਹ ਬਿਲਕੁਲ ਅਲਾਊਡ ਨਹੀਂ ਹੈ, ਉਹਦੇ 'ਤੇ ਪਾਬੰਦੀ ਹੈ, ਤੋ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਉਂਦਾ ਤਾਂ ਉਹਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਤੇ ਜਿਹੜੇ ਵੀ ਪਰਸਨਸ ਅਲਾਊਡ ਹੈ ਜੋ ਨੋਮੀਨੇਸ਼ਨ ਆਪ ਭਰਨਗੇ ਜੋ ਉਹਨਾਂ ਦੇ ਵਿਟਨੈਸਿਸ ਹੈਗੇ ਸਿਰਫ ਉਹੀ ਜੋ ਅਧਿਕ੍ਰਿਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਹਨ, ਬਾਕੀ ਸਾਰੇ ਜੋ ਉਹਨਾਂ ਨੂੰ ਅਲਾਊਡ ਨਹੀਂ ਹੈ। ਤੋ ਬਾਹਰ ਹੀ ਨਾਕਾ ਲਗਾ ਕੇ ਉੱਥੇ 200 ਮੀਟਰ 'ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਥੋਂ ਸਿਰਫ ਜੋ ਪਰਮਿਟਡ ਹੈ ਬੰਦੇ ਜੋ ਆਪਣਾ ਨੋਮੀਨੇਸ਼ਨ ਪੇਪਰ ਬਣਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਊਡ ਹੈ। ਤੋ ਐਕਸਟਰਾ ਬੰਦੇ ਆਪਣੇ ਨਾਲ ਗੱਡੀਆਂ ਲਾਉਣ ਦੀ ਕੋਈ ਲੋੜ ਨਹੀਂ ਹੈ, ਸ਼ਾਂਤੀਪੂਰਵਕ ਆਪਣਾ ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ, ਇਹੀ ਸਾਡੀ ਅਪੀਲ ਹੈ। ਅੱਜ ਇੱਥੇ ਅਸੀਂ ਇੱਕ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਜਿਹੜੇ ਵੀ ਨੋਮੀਨੇਸ਼ਨ ਸੈਂਟਰਸ ਹੈ ਜੋ ਬਲੋਕ ਕਲਾਨੌਰ ਹੈ ਉਹਦੇ ਅਧੀਨ ਪੈਂਦੇ ਜਿਹੜੇ ਵੀ ਨੋਮੀਨੇਸ਼ਨ ਸੈਂਟਰਸ ਹੈ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜੋ ਇੱਥੇ ਦੇ ਲੋਕਲ ਅਫਸਰ ਹੈ ਅਤੇ ਜਿਹੜੇ BDPOs ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਜੋ ਵੀ ਸਿਕਿਉਰਿਟੀ ਮੈਜਰਸ ਲੈਣੇ ਉਹਨਾਂ ਦੀ ਸਮੀਖਿਆ ਕਰਕੇ ਕੱਲ੍ਹ ਦੀ ਪੂਰੀ ਤਿਆਰੀ ਕੀਤੀ ਜਾਏਗੀ। ਸਰ ਲੋਕ ਜਿਹੜੇ ਆਪਣੇ ਭਰ ਰਹੇ ਨੇ ਕਾਗਜ਼ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕੋਈ ਡਰ? ਹਾਂਜੀ ਨਹੀਂ ਡਰ ਦੀ ਕੋਈ ਗੱਲ ਨਹੀਂ ਹੈ, ਬਸ ਮੈਸੇਜ ਇਹੀ ਹੈ ਕਿ ਇੱਕ ਤੋਂ ਵੈਪਨ ਜਿਹੜੇ ਆ ਉਹ ਬਿਲਕੁਲ ਅਲਾਊਡ ਨਹੀਂ ਹੈ, ਉਹਦੇ 'ਤੇ ਪਾਬੰਦੀ ਹੈ, ਤੋ ਇੱਥੇ ਕੋਈ ਵੀ ਅਗਰ ਹਥਿਆਰ ਲੈ ਕੇ ਆਉਂਦਾ ਤਾਂ ਉਹਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਤੇ ਜਿਹੜੇ ਵੀ ਪਰਸਨਸ ਅਲਾਊਡ ਹੈ ਜੋ ਨੋਮੀਨੇਸ਼ਨ ਆਪ ਭਰਨਗੇ ਜੋ ਉਹਨਾਂ ਦੇ ਵਿਟਨੈਸਿਸ ਹੈਗੇ ਸਿਰਫ ਉਹੀ ਜੋ ਅਧਿਕ੍ਰਿਤ ਬੰਦੇ ਹੈਗੇ ਉਹੀ ਅੰਦਰ ਆ ਸਕਦੇ ਹਨ, ਬਾਕੀ ਸਾਰੇ ਜੋ ਉਹਨਾਂ ਨੂੰ ਅਲਾਊਡ ਨਹੀਂ ਹੈ। ਤੋ ਬਾਹਰ ਹੀ ਨਾਕਾ ਲਗਾ ਕੇ ਉੱਥੇ 200 ਮੀਟਰ 'ਤੇ ਜਿਹੜੇ ਨਾਕੇ ਲਗਾਏ ਜਾਣਗੇ ਜਿੱਥੋਂ ਸਿਰਫ ਜੋ ਪਰਮਿਟਡ ਹੈ ਬੰਦੇ ਜੋ ਆਪਣਾ ਨੋਮੀਨੇਸ਼ਨ ਪੇਪਰ ਬਣਨਾ ਚਾਹੁੰਦੇ ਆ ਸਿਰਫ ਉਹਨਾਂ ਨੂੰ ਹੀ ਅਲਾਊਡ ਹੈ। ਤੋ ਐਕਸਟਰਾ ਬੰਦੇ ਆਪਣੇ ਨਾਲ ਗੱਡੀਆਂ ਲਾਉਣ ਦੀ ਕੋਈ ਲੋੜ ਨਹੀਂ ਹੈ, ਸ਼ਾਂਤੀਪੂਰਵਕ ਆਪਣਾ ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਕੰਪਲੀਟ ਕਰਨ, ਇਹੀ ਸਾਡੀ ਅਪੀਲ ਹੈ।